ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰੀ ਫੇਰ ਅਸੀਂ ਪ੍ਰੋਗਰਾਮ ਪੱਖਦੇ ਮਾਸਰੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਹਾਇਤਾ ਰੀ ਸਿੱਖ ਪਾਰਟੀ ਦੀ ਜਿਹਦੇ ਸੁਪਰੀਮੋ ਨੇ ਡਾਕਟਰ ਪਰਮਵੀਰ ਰਾਣੂ ਜਿਹੜੇ ਕਿ ਵਿਸ਼ੇਸ਼ ਪ੍ਰਸਿੱਧ ਹੋਮੋਪੈਥੀ ਦੇ ਡਾਕਟਰ ਵੀ ਨੇ ਔਰ ਚਿੰਤਕ ਵੀ ਨੇ ਬੁੱਧੀਜੀਵੀ ਵੀ ਨੇ ਔਰ ਪੋਲੀਟਿਸ਼ੀਅਨ ਵੀ ਨੇ ਲਾਲ ਸਾਹਿਬ ਜਿਵੇਂ ਥੜਾ ਥੜਾ ਲੋਕ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਨੇ ਔਰ ਜਿਸ ਤਰ੍ਹਾਂ ਜੱਸੀ ਜਸਰਾਜ ਹੋ ਗਿਆ ਜਾਂ ਆਪਣਾ ਕੀ ਕਹਿੰਦੇ ਹੁੰਦੇ ਨੇ ਉਹ ਹੋਪੀ ਟਾਲੀ ਵਾਲ ਹੋ ਗਿਆ ਮਾਹੀ ਗੱਲ ਹੋ ਗਈ ਜੇ ਹੋਰ ਬਹੁਤ ਸਾਰੇ ਨੇ ਕਾਂਗਰਸ ਦੇ ਪਤਾ ਵਿੱਚ ਸ਼ਾਮਲ ਹੋ ਗਏ ਨੇ ਕੀ ਮੈਂ ਸਮਝਦਾ ਕਿ ਸਾਈਹਤਾਰੀ ਸਿੱਖ ਪਾਰਟੀ ਦੇ ਜਿਹੜੇ ਨੰਬਾਇੰਦੇ ਨੇ ਜਾਂ ਸੀਨੀਅਰ ਲੀਡਰਸ਼ਿਪ ਹੈ ਡਾਕਟਰ ਪਰਮਜੀਤ ਸਿੰਘ ਰਾਣੋ ਕੀ ਇਹ ਭਾਜਪਾ ਵਿੱਚ ਸ਼ਾਮਲ ਹੋ ਗਏ ਕੀ ਇਹ ਇਹਨਾਂ ਨੇ ਵਧੀਆ ਕੰਮ ਕੀਤਾ ਕਿ ਮਾੜਾ ਕੰਮ ਕੀਤਾ ਪਰ ਜੇ ਇਹਨਾਂ ਨੇ ਵਧੀਆ ਕੰਮ ਕੀਤਾ ਤਾਂ ਉਹ ਕਿਵੇਂ ਵਧੀਆ ਹੋ ਸਕਦਾ ਕਿਉਂਕਿ ਕੋਈ ਸਮਾਂ ਸੀ ਜਦੋਂ ਇਹ ਸਾਰੇ ਆਪਣੇ ਭਾਈਪਣੁੰਨ ਦੇ ਆ ਰਹੇ ਸੀ ਪਰ ਅੱਜ ਇਹ ਭਾਜਪਾ ਦੀ ਐਡੋਲਜੀ ਤੋਂ ਇੰਨੇ ਪ੍ਰਭਾਵਿਤ ਹੋ ਗਏ ਕਿ ਆਪਣੇ ਸਾਰੇ ਸਮਰਥਕ ਸਮੇਤ ਆਪਣੇ ਸਾਰੇ ਉਮੀਦਵਾਰਾਂ ਸਮੇਤ ਇਹਨਾਂ ਨੇ ਉੱਥੇ ਸਮਰਥਨ ਦੇਤਾ ਭਾਜਪਾ ਨੂੰ ਗੱਲ ਕੁ ਗਿਲ ਜੀ ਇਹ ਹੈ ਕਿ ਭਾਜਪਾ ਨੇ ਆਪਣੀ ਜਿਹੜੀ ਪੋਜੀਸ਼ਨ ਹੈ ਨਾ ਜੀ ਉਹ ਇਸ ਕਰਕੇ ਸਟਰੋਂਗ ਕੀਤੀ ਹੈ ਕਿਉਂਕਿ ਪਹਿਲੀ ਦੀ ਗੱਲ ਇਹ ਵੀ ਵਕਰੀ ਗੱਲ ਆ ਵੀ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਜੀ ਉਹ ਆਪਣਾ ਸੰਘਰਸ਼ ਜਿਹੜਾ ਸ਼ੁਰੂ ਕੀਤਾ ਜੀ ਸੰਘਰਸ਼ ਹਮੇਸ਼ਾ ਹੀ ਗੜੇ ਲੰਮੇ ਲੜੀ ਜਾਂਦੇ ਨੇ ਜੀ ਜੇ ਪਿਛਲੇ ਇਤਿਹਾਸ ਵੀ ਵੇਖਦੇ ਨੇ ਉਹਦਾ ਇਤਿਹਾਸ ਸਪਸ਼ਟ ਹੈ ਕਿ ਹਰ ਗੱਲ ਜਿਹੜੀ ਹੈ ਉਹ ਆਪਣੀ ਮਤਲਬ ਸਮਝ ਦੇ ਅਨਸਾਰ ਤੇ ਤਾਕਤ ਨਾਲ ਤੇ ਸੰਘਰਸ਼ ਕਰਕੇ ਹੀ ਲਈ ਜਾਂਦੀ ਹੈ ਜਿਸ ਵੇਲੇ ਆਮ ਆਦਮੀ ਜੀ ਨੂੰ ਭਾਜਪਨ ਦੇ ਦੋ ਇਹ ਪਤਾ ਲੱਗਾ ਸੀ ਵੀ ਪੰਜਾਬ ਦੇ ਅੰਦਰ ਸਾਡਾ ਜਿਹੜਾ ਉਹ ਗਰਾਫ ਘਟਦਾ ਜਾ ਰਿਹਾ ਤੇ ਉਹਨਾਂ ਨੇ ਇਸ ਗੱਲ ਨੂੰ ਸਮਝਦਿਆਂ ਹੋਇਆ ਜਾਣਦਿਆਂ ਹੋਇਆ ਨਰਿੰਦਰ ਮੋਦੀ ਨੇ ਉਸ ਵੇਲੇ ਸਾਰੇ ਜਿਹੜੇ ਤਿੰਨ ਕਾਨੂੰਨ ਵਾਪਸ ਲੈ ਲਏ ਜਦੋਂ ਸਾਬ ਸ੍ਰੀ ਗੁਰੂ ਨਾਨਕ ਦਾ ਜਨਮ ਦਿਨ ਦਿਹਾੜਾ ਸੀ ਜੀ ਜੀ ਇਹ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਇਹ ਜਿਹੜੀ ਆ ਉਹ ਕਾਰਜ ਜਿਹੜਾ ਉਹ ਕੀਤਾ ਜਿੱ ਤੱਕ ਦਿੱਲੀ ਦੇ ਵਿੱਚ ਆ ਦਿੱਲੀ ਦੇ ਅੰਦਰ ਵੀ ਜੇ ਸਰਦਾਰਾਂ ਦੀ ਜਿਹੜੀ ਨੁਮਾਇੰਦਗੀ ਆ ਜਿੱਦੋਂ ਕਿ ਪੰਜਾਬੀ ਨੂੰ ਖਤਮ ਕਰਨ ਵਾਸਤੇ ਜਿਹੜੀ ਕੇਜਰੀਵਾਲ ਸਰਕਾਰ ਜਿਹੜੀ ਪੰਜਾਬੀ ਨੂੰ ਖਤਮ ਕਰ ਰਹੀ ਹੈ ਪੰਜਾਬੀ ਦੇ ਅਧਿਆਪਕਾਂ ਨੂੰ ਖਤਮ ਕਰਨ ਵਾਲੀ ਉਹ ਕੇਜਰੀਵਾਲ ਸਰਕਾਰ ਉਹ ਵੱਖਰੀ ਗੱਲ ਹੈ ਕਿ ਉਹ ਇਹ ਗੱਲ ਕਹਿਣ ਦੀ ਵੀ ਮੇਰੇ ਕੋਲ ਅਧਿਕਾਰ ਹੀ ਕੋਈ ਨਹੀਂ ਇੱਕ ਬੜਾ ਬੜਾ ਵੱਡਾ ਝੂਠ ਹੁੰਦਾ ਸੋ ਉੱਥੇ ਵੀ ਦਿੱਲੀ ਦੇ ਅੰਦਰ ਵੀ ਭਾਜਪਾ ਨੇ ਬਹੁਤ ਇਹੋ ਜਿਹੇ ਜਿਹੜੇ ਮਸਲੇ ਨੇ ਉਹ ਸਿੱਖਾਂ ਦੇ ਜਿਹੜੇ ਨੇ ਉਹ ਹੱਲ ਕੀਤੇ ਨੇ ਉਹ ਇਸ ਕਰਕੇ ਜਿਹੜੀ ਗੱਲ ਗਲਤੀਆਂ ਹੋਈਆਂ ਪਾਰਟੀ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਔਰ ਉਹਨਾਂ ਗਲਤੀਆਂ ਨੂੰ ਸੁਧਾਰਨ ਵਾਸਤੇ ਜਦੋਂ ਪੰਜਾਬ ਦੇ ਅੰਦਰ ਆਏ ਨੇ ਤੇ ਪੰਜਾਬ ਦੇ ਅੰਦਰ ਪੰਜਾਬੀਆਂ ਨਾਲ ਸੰਬੰਧਿਤ ਜਿਹੜੀ ਪੰਜਾਬ ਦੀ ਸਾਡੀ ਭੰਗੋਲਕ ਸਥਿਤੀ ਆ ਉਹਨੂੰ ਸਮਝ ਕੇ ਉਹਨਾਂ ਨੇ ਆਪਣੀ ਜਿਹੜੀ ਆ ਪਾਲਿਸੀ ਦਿੱਤੀ ਆ ਜਿਹੜੇ ਬੰਦੇ ਦੂਜੀਆਂ ਪਾਰਟੀਆਂ ਚੋਂ ਛੱਡ ਕੇ ਗਏ ਨੇ ਹਾਂ ਉਹ ਇਹ ਗੱਲ ਮੰਨ ਕੇ ਜ਼ਰੂਰ ਚੱਲਣ ਵੀ ਲੜਾਈ ਲੜਨੀ ਆ ਭਾਜਪਾ ਦੀ ਟੀਮ 'ਚ ਰਹਿ ਕੇ ਕਿਉਂਕਿ ਭਾਜਪਾ ਦੇ ਅੰਦਰ ਇੱਕ ਖਿੱਚ ਧੂ ਨਹੀਂ ਆ ਉਹਨਾਂ ਦੇ ਅੰਦਰ ਇੱਕ ਜਮਹੂਰੀਅਤ ਆ ਉਹਨਾਂ ਦੇ ਅੰਦਰ ਇੱਕ ਜਾਬਤਾ ਹੈ ਕਿ ਜੇ ਕਮੇਟੀ ਨੇ ਜੋ ਫੈਸਲਾ ਕਰਤਾ ਉਹ ਕਿਸੇ ਥੱਲੇ ਕਿਸੇ ਭੜੂਏ ਦਾ ਇਹ ਕੰਮ ਨਹੀਂ ਵੀ ਉਹਨੂੰ ਕੰਟਰੋਡਾਈਜ਼ ਕਰਨ ਵਾਸਤੇ ਬਿਆਨ ਦੇ ਦੇ ਤੋੜ ਪਣ ਲਈ ਬਿਆਨ ਦੇ ਦੇ ਉਹ ਉਹਨਾਂ ਵਾਸਤੇ ਇੱਕ ਡਾਇਰੈਕਸ਼ਨ ਹੈ ਉਹਨਾਂ ਵਾਸਤੇ ਇੱਕ ਹਦਾਇਤ ਹੈ ਔਰ ਉਹਨੂੰ ਹੂ ਬੂ ਮੰਨਦੇ ਨੇ ਜਾਂ ਪੰਜਾਬ ਦੇ ਅੰਦਰ ਉਹ ਦੁਬਾਰਾ ਆਪਣੇ ਆਪ ਨੂੰ ਵਿਕਾਸ ਕਰ ਰਹੇ ਨੇ ਪੰਜਾਬੀਆਂ ਦੀਆਂ ਕੁਝ ਐਹੋ ਜੀਆਂ ਮੰਗਾਂ ਜੇ ਕਿਤੇ ਰੱਬ ਨਾ ਕਰੇ ਜੋਗ ਹੋ ਗਿਆ ਹੁਣ ਜੇ ਕਿਤੇ ਜਿੱਦਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸੀ ਜੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਚੂਕ ਨਾ ਹੁੰਦੀ ਜੇ ਕੋਈ ਇੱਕ ਦਿਨ ਦੀ ਗੱਲ ਨਾ ਹੁੰਦੀ ਤੇ ਸ਼ਾਇਦ ਪੰਜਾਬ ਨੂੰ ਅੱਜ ਕਟੋ-ਕਟ ਕਰੋੜਾਂ ਦਾ ਗੜਾ ਫਾਇਦਾ ਹੋ ਜਾਣਾ ਸੀ ਹੂੰ ਔਰ ਇੰਨੇ ਜਿਹਦਾ ਪ੍ਰੋਜੈਕਟ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਮਿਲ ਜਾਣੇ ਸੀ ਪੰਜਾਬ ਨੂੰ ਮਿਲ ਜਾਣੇ ਸੀ ਪੰਜਾਬ ਦੀ ਪੰਜਾਬੀਆਂ ਨੂੰ ਬਹੁਤ ਕੁਝ ਮਿਲਣਾ ਸੀ ਪਰ ਵੱਧ ਕਿਸਮ ਦੀ ਸਾਡੀ ਇਥੋਂ ਦੀ ਰਾਜਨੀਤਿਕ ਸਿੱਖੀ ਮੇਰਾ ਸਵਾਲ ਸੋ ਇਸ ਕਰਕੇ ਮੈਂ ਉਹਦੇ ਨਾਲ ਜੁੜ ਗਿਆ ਇਸ ਕਰਕੇ ਜੀ ਡਾਕਟਰ ਡਾਕਟਰ ਪਰਮਜੀਤ ਰਾਣ ਮੈਂ ਇਹੀ ਗੱਲ ਕਹਿੰਦੇ ਪਰਮਜੀਤ ਰਾਣ ਨੂੰ ਹੁਣ ਹੀ ਬਹੁਤ ਸਿਆਣੇ ਨੇ ਪ੍ਰਸਿੱਧ ਨੇ ਦੁਨੀਆ ਪੱਧਰ ਦੇ ਪ੍ਰਸਿੱਧ ਹੋਮੋਪੈਥੀ ਡਾਕਟਰ ਨੇ ਜੋ ਉਹਨਾਂ ਨੇ ਫੈਸਲਾ ਕੀਤਾ ਅੱਜ ਦੇ ਹਾਲਾਤਾਂ ਦੇ ਮੁਕਾਬਲੇ ਬਿਲਕੁਲ ਬਹੁਤ ਵਧੀਆ ਕੀਤਾ ਔਰ ਆਪਣੇ ਜਿੰਨੇ ਵੀ ਸਾਰੇ ਕੈਂਡੀਡੇਟ ਉਹਨਾਂ ਨੇ ਵਾਪਸ ਲੈ ਕੇ ਜਿਹੜੇ ਭਾਜਪਾ ਦੇ ਕੈਂਡੀਡੇਟ ਦੇ ਹੱਕ ਦੇ ਵਿੱਚ ਜਿਨ੍ਹਾਂ ਨੇ ਪਗਤਾਏ ਨੇ ਕਿਤਨਾ ਹਾਰਨਾ ਬਾਅਦ ਦੀਆਂ ਗੱਲਾਂ ਨੇ ਇੱਕ ਪਾਲਿਸੀ ਦੇ ਮੁਤਾਬਿਕ ਅੱਜ ਤਿੰਨਾਂ ਚਮਾਂ ਨਾਲੋਂ ਇੱਕ ਵਧੀਆ ਜਿਹੜੀ ਪਾਲਿਸੀ ਹੈ ਪੰਜਾਬ ਨੂੰ ਡਿਜੀਟਲ ਯੁੱਗ 'ਚ ਲੈ ਕੇ ਜਾਣਾ ਪੰਜਾਬ ਦਾ ਵਿਕਾਸ ਕਰ ਜਾਣਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀਆਂ ਜਿਹੜੀਆਂ ਉਹਨਾਂ ਦੀਆਂ ਸਕੀਮਸ ਨੇ ਉਹ ਇਹਨਾਂ ਸਾਰਿਆਂ ਨਾਲੋਂ ਕੁਝ ਨਾ ਕੁਝ ਹੱਦ ਤੱਕ ਵਧੀਆ ਨੇ ਸੋ ਇਸ ਕਰਕੇ ਇਹ ਜਿਹੜਾ ਫੈਸਲਾ ਲਿਆ ਕੋਈ ਗਲਤ ਨਹੀਂ ਲਿਆ ਜਾਂ ਜਿਹੜੇ ਬੰਦੇ ਛੱਡ ਕੇ ਉਸ ਪਾਸੇ ਜਾ ਰਹੇ ਨੇ ਉਹਨਾਂ ਦਾ ਸਤਕਾਰ ਤੇ ਮਾਣ ਵੀ ਹੋ ਰਿਹਾ ਉਹਨਾਂ ਦੀ ਸਮਝ ਨਾਲ ਜੜੋ ਮੈਂ ਇਹ ਗੱਲ ਕਹਿਣਾ ਇਹ ਨਹੀਂ ਵੀ ਕਿਸੇ ਚਿਹਰੇ ਨਾਲ ਜੁੜਨਾ ਚਿਹਰੇ ਨਾਲ ਜੁੜ ਕੇ ਜੁਆਇਨ ਨਹੀਂ ਕਰਨਾ ਉਹਨਾਂ ਦੀ ਪਾਲਿਸੀ ਨਾਲ ਜੁਆਇਨ ਕਰਨਾ ਪਾਰਟੀ ਨੂੰ ਜੁਆਇਨ ਕਰਨਾ ਤਾਂ ਕਿ ਪਾਰਟੀ ਪਾਲਿਸੀ ਤੇ ਜਿਹੜੀ ਨੀਤ ਦਿੱਤੀ ਹੈ ਉਹ ਪੰਜਾਬ ਨੂੰ ਅੱਗੇ ਲੈ ਕੇ ਜਾਏਗੀ ਔਰ ਤੁਹਾਨੂੰ ਲੋਕੀ ਮਤਲਬ ਸਤਕਾਰ ਕਰਨਗੇ ਇਹ ਟਾਈਮ ਲੱਗੇਗਾ ਜੇ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਬਹੁਤ ਵਧੀਆ ਕੰਮ ਜੀ ਵੀ ਮੇਰੀ ਇੱਕ ਵਾਰੀ ਉਹਨਾਂ ਨਾਲ ਗੱਲ ਹੋਈ ਸੀ ਡਾਕਟਰ ਪਰਮਜੀਤ ਰਾਣੂ ਨਾਲ ਉਹਨਾਂ ਦਾ ਕਹਿਣਾ ਸੀ ਕਿ ਸਹਿਯੋਗੀ ਸਿੱਖ ਪਾਰਟੀ ਨੂੰ ਪੰਜਾਬ ਦੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਿਆ ਹਨਾ ਆਮ ਆਦਮੀ ਪਾਰਟੀ ਹੋ ਗਿਆ ਇਹਨਾਂ ਨੇ ਅਣਗੌਲਿਆ ਕੀਤਾ ਹੋਇਆ ਸੀ ਇਹਨਾਂ ਨੂੰ ਜੀ ਤੇ ਨਾ ਵੋਟ ਪਾਉਣ ਦਾ ਅਧਿਕਾਰ ਸੀ ਨਾ ਇਹਨਾਂ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਵੋਟ ਦਾ ਅਧਿਕਾਰ ਸੀ ਨਾ ਉਹ ਸਿਰਫ ਉਹਨਾਂ ਨੂੰ ਸੀ ਜਿਹੜੇ ਗਾਟ ਬਿਨਾਨੇ ਅਮਰਤ ਛਕਿਆ ਜਿਹੜੇ ਸਿੱਖ ਨੇ ਜਿਨ੍ਹਾਂ ਨੂੰ ਸਿੱਖ ਦੀ ਪਰਮਾਸ਼ਾ ਪਰ ਇਹ ਸਾਂਝ ਧਾਰੀ ਸਿੱਖਾਂ ਨੂੰ ਜਿੱਤਾ ਮੈਂ ਸਾਂਝ ਧਾਰੀਆਂ ਸਾਂਝ ਕਿਉਂਕਿ ਮੈਂ ਗਾੜੀ ਰੱਖੀ ਹੈ ਕੱਟੀ ਹੈ ਭਾਵੇਂ ਮਾਲ ਰੱਖੇ ਨੇ ਪੱਗ ਬੰਨਦਾ ਸਰਦਾਰ ਮੇਰਾ ਨਾਂ ਦੇ ਨਾਲ ਸਿੰਘ ਲੱਗਾ ਹੋਇਆ ਮੇਰੀ ਘਰ ਵਾਲੇ ਦੇ ਨਾਲ ਕੌਰ ਲੱਗਾ ਹੋਇਆ ਇਹ ਸਾਂਝ ਧਾਰੀ ਦੇਸੀ ਵੀ ਸਾਨੂੰ ਵੋਟ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਦੇਣਾ ਚਾਹੀਦਾ ਇਹਨਾਂ ਨੇ ਸੁਪਰੀਮ ਕੋਰਟ ਚ ਕੇਸ ਪਾਇਆ ਅੱਜ ਤੱਕ ਜੇ ਆਮ ਚੋਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਹੀਂ ਹੋਈਆਂ ਤੇ ਇਸ ਕਰਕੇ ਨਹੀਂ ਆ ਕਿ ਸਹਿਕ ਧਾਰੀਆਂ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਿਆ ਇਹਦੀ ਲੜਾਈ ਜਿਹੜੀ ਲਗਾਤਾਰ ਇਹ ਲੜ ਰਹੇ ਨੇ। ਔਰ ਇਹ ਲੜਾਈ ਜਾਨੂਮਾਨੀ ਹੈ। ਕਿਉਂਕਿ ਇਹ ਇਹ ਨਹੀਂ ਵੀ ਆਪਾਂ ਸਾਰੇ ਅਮਰਤਾਰੀ ਸਿੰਘ ਬਣ ਕੇ ਹੀ ਗੁਰੂ ਘਰ ਜਾ ਸਕਦੇ ਆ ਜਾਂ ਉਹ ਸੋਸਾਇਟੀ ਦੇ ਮੈਂਬਰ ਬਣ ਸਕਦੇ ਆ ਨਹੀਂ। ਉਹਨਾਂ ਨੂੰ ਵੀ ਮੈਂਬਰ ਦਿੱਤਾ ਜਾਵੇ ਜਿਹੜੇ ਵਾਕਈ ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ। ਸੋ ਇਹ ਸਹਿਕ ਧਾਰੀ ਸਿੱਖ ਵੀ ਸ਼ਾਇਦ ਜਿਹੜੇ ਅਮਰਤਾਰੀ ਸਿੱਖ ਨੇ ਅਮਰਤਾਰੀਆਂ ਨਾਲੋਂ ਵੱਧ ਜਿਹੜੇ ਨੇ ਸੂਝਵਾਨ ਤੇ ਜਾਗਤੀ ਕਰਨ ਵਾਲੇ ਗੁਰੂ ਸਾਹਿਬ ਦੀਆਂ ਹਦਾਇਤਾਂ ਨੂੰ ਮੰਨਣ ਵਾਲੇ ਸਹਿਜਤਾਰੀ ਸਿੱਖ ਵੀ ਜਿਹੜੇ ਨੇ ਉਹ ਵੀ ਪਰਫੈਕਟ ਨੇ ਸੋ ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਜਿਹੜਾ ਮਿਲਣਾ ਚਾਹੀਦਾ ਅਗਰ ਬੋਰਡ ਦਾ ਅਧਿਕਾਰ ਮਿਲ ਜਾਂਦਾ ਤੇ ਸ਼੍ਰੋਮਣੀ ਕਮੇਟੀ ਤੇ ਕੋਈ ਇੱਕ ਅਦਾਰਾ ਇੱਕ ਪਰਿਵਾਰ ਕਾਬਜ ਨਹੀਂ ਹੋ ਸਕਦਾ ਜੀ ਬਿਲਕੁਲ ਜੀ 247 ਲੱਖ ਤੋਂ ਵੱਧ ਵੋਟਾਂ ਨੇ ਸਹਿਯੋਗੀ ਸਿੱਖ ਪਾਰਟੀ ਦੀਆਂ ਔਰ ਕਿਤੇ ਨਾ ਕਿਤੇ ਡਾਕਟਰ ਪਰਮਜੀਤ ਸਿੰਘ ਰਾਣੂ ਦੇ ਪਾਰ ਪੱ ਵਿਚ ਜਾਣ ਨਾਲ ਇਹਨਾਂ ਨੂੰ ਕਾਫੀ ਬਹੁਮਤ ਜਿਹੜਾ ਮਿਲੂਗਾ ਪਰ ਕਾਫੀ ਇਹਨਾਂ ਨੂੰ ਜਿਹਨੂੰ ਕਹਿ ਸਕਦੇ ਆ ਚੋਣਾਂ ਦੇ ਵਿੱਚ ਬੜਾ ਵੱਡਾ ਫਾਇਦਾ ਮਿਲੂਗਾ ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਆਪਣੇ ਸੁਝਾ ਸਾਨੂੰ ਜਰੂਰ ਦੇ ਦਿਆ ਕਰੋ ਕੱਲ ਫਿਰ ਮਿਲਾਂਗੇ ਪਖ ਦੇ ਮਸਲੇ ਪ੍ਰੋਗਰਾਮ ਵਿੱਚ ਤਦ ਤੱਕ ਲਈ ਇਜਾਜ਼ਤ ਦਿਓ ਰੱਬ